ਮੇਰਾ ਵਿਆਹ ਵੇਖਣਾ ਜੀ। ਸਾਡੇ ਬਜ਼ੁਰਗਾਂ ਦੀ ਰੀਤ ਸੀਗੀ ਵੀ ਮੀਂਹ ਧੁੱਪਣ ਨਾਲ ਮੀਂਹ ਪੈ ਜਾਂਦਾ ਅਤੇ ਅਸੀਂ ਅੱਜ ਉਹੀ ਉਪਰਾਲਾ ਕੀਤਾ ਜੋ ਅੱਜ ਪਾਣੀ ਦੀ ਮੀਂਹ ਦੀ ਬਹੁਤ ਜ਼ਿਆਦਾ ਲੋੜ ਆ, ਗਰਮੀ ਬਹੁਤ ਪੈ ਰਹੀ ਹੈ, ਉਹਦੇ ਕਰਕੇ ਅਸੀਂ ਉਪਰਾਲਾ ਕੀਤਾ। ਸਾਡੇ ਪੁਰਾਣੇ ਬਜ਼ੁਰਗਾਂ ਵੱਲੋਂ ਚੱਲਦੀ ਆ ਰਹੀ ਪੁਰਾਣੀ ਪਰੰਪਰਾ ਗਈ, ਜਦੋਂ ਪੁਰਾਣੇ ਸਮੇਂ 'ਚ ਮੀਂਹ ਨਹੀਂ ਪੈਂਦਾ ਹੁੰਦਾ ਸੀਗਾ ਤਾਂ ਸਾਡੇ ਬਜ਼ੁਰਗ ਇਹ ਚੀਜ਼ਾਂ ਲਾ ਲਓ ਜਿਵੇਂ ਗੁੱਡੀ ਫੂਕਦੇ ਸੀਗੇ ਅਤੇ ਗੁਲਗੁਲੇ ਖੀਰ ਪੂੜੇ ਅਤੇ ਆਪਣਾ ਇਹਦਾ ਲੰਗਰ ਵਗੈਰਾ ਲਾਉਂਦੇ ਸੀਗੇ ਅਤੇ ਕੀਤੇ ਤੋਂ ਬਾਅਦ ਇਹਦਾ ਲੰਗਰ ਵਰਤਾਇਆ ਜਾਂਦਾ ਸੀਗਾ ਅਤੇ ਰੱਬ ਅੱਗੇ ਅਰਦਾਸ ਕੀਤੀ ਜਾਂਦੀ ਸੀਗੀ। ਵੀ ਸਾਨੂੰ ਇਹ ਚਾਹੀਦਾ, ਸਾਨੂੰ ਲੱਗ ਰਿਹਾ ਹੈਗਾ ਵੀ ਸਾਡੇ ਬੱਚੇ ਨਾ ਇਹ ਪਰੰਪਰਾ ਦੇ ਨਾਲ ਜੁੜਨ, ਆਪਣੇ ਇਤਿਹਾਸ ਨਾਲ ਜੁੜਨ, ਪੁਰਾਣੀਆਂ ਜੋ ਰੀਤੀ ਰਿਵਾਜ਼ ਚੀਜ਼ਾਂ ਸਾਡੇ ਅੱਜ ਗਾਇਬ ਹੋ ਚੁੱਕੀਆਂ ਨੇਗੀਆਂ ਉਹਦੇ ਬਾਰੇ ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ। ਗੁੱਡੀ ਫੂਕਣ ਦੇ ਨਾਲ ਨਾਲ ਅਸੀਂ ਪਿੰਡ ਵਿੱਚ ਲੰਗਰ ਵੀ ਲਾਇਆ ਹੈ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲ ਰਿਹਾ ਹੈ, ਮਿੱਠੀਆਂ ਰੋਟੀਆਂ ਦਾ। ਇੱਥੇ ਸਾਰੇ ਪਿੰਡ ਨੇ ਉਪਰਾਲਾ ਕਰਕੇ, ਸਾਰਿਆਂ ਨੇ ਥੋੜ੍ਹੀ ਥੋੜ੍ਹੀ ਚੀਜ਼ ਇਕੱਠੀ ਕਰਕੇ ਸਾਰਿਆਂ ਨੇ ਇਕੱਠਿਆਂ ਨੇ ਹੀ ਲੰਗਰ ਲਾਇਆ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲ ਰਿਹਾ। ਨਹੀਂ, ਅੱਜ ਜੋ ਸਾਡੇ ਪਿੰਡ ਵਿੱਚ ਗੁੱਡੀ ਫੂਕਣ ਦਾ ਹੋਇਆ ਹੈ ਇਸ ਬਾਰੇ ਸਾਨੂੰ ਕੁਛ ਵੀ ਨਹੀਂ ਪਤਾ ਸੀ, ਇਹ ਸਾਡੇ ਲਈ ਬਹੁਤ ਹੀ ਜ਼ਿਆਦਾ ਨਵੀਂ ਗੱਲ ਹੈ ਅਤੇ ਅੱਜ ਜਦ ਸਾਨੂੰ ਪਤਾ ਲੱਗਿਆ ਵੀ ਐਵੇਂ ਹੁੰਦਾ ਅਤੇ ਸਾਡੇ ਪਿੰਡ ਦੇ ਬੜੇ ਬਜ਼ੁਰਗਾਂ ਨੇ ਸਾਨੂੰ ਇਹਦੇ ਬਾਰੇ ਦੱਸਿਆ ਵੀ ਇੱਕ ਰਿਚੁਅਲ ਹੈ ਅਤੇ ਇਹਦੇ ਨਾਲ ਮੀਂਹ ਪੈਂਦਾ, ਮੌਸਮ ਦਾ ਫਰਕ ਪੈਂਦਾ, ਉਸ ਤੋਂ ਬਾਅਦ ਸਾਨੂੰ ਇਸ ਗੱਲ ਬਾਰੇ ਨੌਲੇਜ ਆਈ ਹੈ ਅਤੇ ਕਾਫੀ ਨਿਊ ਚੀਜ਼ ਸੀਗੀ ਇਹ ਸਾਡੇ। ਅਸੀਂ ਤਾਂ ਤੇਰਾ ਵਿਆਹ ਵੇਖਣਾ ਜੀ। ਸਾਡੇ ਬਜ਼ੁਰਗਾਂ ਦੀ ਰੀਤ ਸੀਗੀ ਵੀ ਮੀਂਹ ਧੁੱਪਣ ਨਾਲ ਮੀਂਹ ਪੈ ਜਾਂਦਾ ਅਤੇ ਅਸੀਂ ਅੱਜ ਉਹੀ ਉਪਰਾਲਾ ਕੀਤਾ ਜੋ ਅੱਜ ਪਾਣੀ ਦੀ ਮੀਂਹ ਦੀ ਬਹੁਤ ਜ਼ਿਆਦਾ ਲੋੜ ਆ, ਗਰਮੀ ਬਹੁਤ ਪੈ ਰਹੀ ਹੈ, ਉਹਦੇ ਕਰਕੇ ਅਸੀਂ ਉਪਰਾਲਾ ਕੀਤਾ। ਸਾਡੇ ਪੁਰਾਣੇ ਬਜ਼ੁਰਗਾਂ ਵੱਲੋਂ ਚੱਲਦੀ ਆ ਰਹੀ ਪੁਰਾਣੀ ਪਰੰਪਰਾ ਗਈ, ਜਦੋਂ ਪੁਰਾਣੇ ਸਮੇਂ 'ਚ ਮੀਂਹ ਨਹੀਂ ਪੈਂਦਾ ਹੁੰਦਾ ਸੀਗਾ ਤਾਂ ਸਾਡੇ ਬਜ਼ੁਰਗ ਇਹ ਚੀਜ਼ਾਂ ਲਾ ਲਓ ਜਿਵੇਂ ਗੁੱਡੀ ਫੂਕਦੇ ਸੀਗੇ ਅਤੇ ਗੁਲਗੁਲੇ ਖੀਰ ਪੂੜੇ ਅਤੇ ਆਪਣਾ ਇਹਦਾ ਲੰਗਰ ਵਗੈਰਾ ਲਾਉਂਦੇ ਸੀਗੇ ਅਤੇ ਕੀਤੇ ਤੋਂ ਬਾਅਦ ਇਹਦਾ ਲੰਗਰ ਵਰਤਾਇਆ ਜਾਂਦਾ ਸੀਗਾ ਅਤੇ ਰੱਬ ਅੱਗੇ ਅਰਦਾਸ ਕੀਤੀ ਜਾਂਦੀ ਸੀਗੀ। ਵੀ ਸਾਨੂੰ ਇਹ ਚਾਹੀਦਾ, ਸਾਨੂੰ ਲੱਗ ਰਿਹਾ ਹੈਗਾ ਵੀ ਸਾਡੇ ਬੱਚੇ ਨਾ ਇਹ ਪਰੰਪਰਾ ਦੇ ਨਾਲ ਜੁੜਨ, ਆਪਣੇ ਇਤਿਹਾਸ ਨਾਲ ਜੁੜਨ, ਪੁਰਾਣੀਆਂ ਜੋ ਰੀਤੀ ਰਿਵਾਜ਼ ਚੀਜ਼ਾਂ ਸਾਡੇ ਅੱਜ ਗਾਇਬ ਹੋ ਚੁੱਕੀਆਂ ਨੇਗੀਆਂ ਉਹਦੇ ਬਾਰੇ ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ। ਗੁੱਡੀ ਫੂਕਣ ਦੇ ਨਾਲ ਨਾਲ ਅਸੀਂ ਪਿੰਡ ਵਿੱਚ ਲੰਗਰ ਵੀ ਲਾਇਆ ਹੈ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲ ਰਿਹਾ ਹੈ, ਮਿੱਠੀਆਂ ਰੋਟੀਆਂ ਦਾ। ਇੱਥੇ ਸਾਰੇ ਪਿੰਡ ਨੇ ਉਪਰਾਲਾ ਕਰਕੇ, ਸਾਰਿਆਂ ਨੇ ਥੋੜ੍ਹੀ ਥੋੜ੍ਹੀ ਚੀਜ਼ ਇਕੱਠੀ ਕਰਕੇ ਸਾਰਿਆਂ ਨੇ ਇਕੱਠਿਆਂ ਨੇ ਹੀ ਲੰਗਰ ਲਾਇਆ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲ ਰਿਹਾ। ਨਹੀਂ, ਅੱਜ ਜੋ ਸਾਡੇ ਪਿੰਡ ਵਿੱਚ ਗੁੱਡੀ ਫੂਕਣ ਦਾ ਹੋਇਆ ਹੈ ਇਸ ਬਾਰੇ ਸਾਨੂੰ ਕੁਛ ਵੀ ਨਹੀਂ ਪਤਾ ਸੀ, ਇਹ ਸਾਡੇ ਲਈ ਬਹੁਤ ਹੀ ਜ਼ਿਆਦਾ ਨਵੀਂ ਗੱਲ ਹੈ ਅਤੇ ਅੱਜ ਜਦ ਸਾਨੂੰ ਪਤਾ ਲੱਗਿਆ ਵੀ ਐਵੇਂ ਹੁੰਦਾ ਅਤੇ ਸਾਡੇ ਪਿੰਡ ਦੇ ਬੜੇ ਬਜ਼ੁਰਗਾਂ ਨੇ ਸਾਨੂੰ ਇਹਦੇ ਬਾਰੇ ਦੱਸਿਆ ਵੀ ਇੱਕ ਰਿਚੁਅਲ ਹੈ ਅਤੇ ਇਹਦੇ ਨਾਲ ਮੀਂਹ ਪੈਂਦਾ, ਮੌਸਮ ਦਾ ਫਰਕ ਪੈਂਦਾ, ਉਸ ਤੋਂ ਬਾਅਦ ਸਾਨੂੰ ਇਸ ਗੱਲ ਬਾਰੇ ਨੌਲੇਜ ਆਈ ਹੈ ਅਤੇ ਕਾਫੀ ਨਿਊ ਚੀਜ਼ ਸੀਗੀ ਇਹ ਸਾਡੇ।